ਉਹ ਕਾਕਾ ਮੈਨੂੰ 2 ਘੰਟੇ ਹੋ ਗਏ ਇੱਥੇ ਬੈਠੇ ਆ ਇਹ ਜਿਨ੍ਹਾਂ ਨੇ ਮੈਨੂੰ ਬੁਲਾਇਆ ਆ ਉਹ ਕਿਉਂ ਨਹੀਂ ਹਜੇ ਤੱਕ ਆਉਂਦਾ ਹਾਂ ਸਾਹਿਬ ਅਸੀਂ ਹੁਣ ਆਏ ਆ ਅਸੀਂ ਵੀ ਤੁਹਾਡੇ ਨਾਲ ਹੀ ਬੈਠੇ ਆ ਉਹ ਨਾਲ ਆਏ ਉਹਨਾਂ ਨੂੰ ਆਉਣਾ ਤਾਂ ਚਾਹੀਦਾ ਵੀ ਜਿੱਡਾ ਚੰਗਾ ਫਰਨੀਚਰ ਜਿੱਡਾ ਚੰਗਾ ਕਮਰਾ ਆ ਸਾਡੇ ਤੇ ਚੋਰੀ ਨਾ ਪੈ ਜਾਏ ਹਾਂ ਜੀ ਹਾਂ ਜੀ ਕੋ ਖੁਦਾ ਦਾ ਖੌਫ ਕੱਲ ਹੀ ਕਿਉਂ ਚੋਰੀ ਪੈ ਜਾਂ ਮੈਂ ਜਾਣਦਾ ਹੀ ਨਹੀਂ ਉਹਨਾਂ ਨੂੰ ਸਾਜੀ ਤੇਰੇ ਵਰਗਾ ਚੁੱਪ ਕੀਤਾ ਥੱਪੜ ਖਾਂਦਾ ਹੁੰਦਾ ਆ ਤੈਨੂੰ ਨਹੀਂ ਪਤਾ ਵਿਚਾਰੇ ਅਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ 2 ਘੰਟੇ 2.5 ਘੰਟੇ ਹੋ ਗਏ ਆ ਨਹੀਂ ਨਾ ਜਾਣਦੇ ਸਾਰੀ ਜ਼ਿੰਦਗੀ ਤੁਸੀਂ ਇਹਨਾਂ ਦੀ ਪਛਾਣ ਰੱਖਣੀ ਕਿ ਸਾਰੀ ਜ਼ਿੰਦਗੀ ਸਭ ਤੋਂ ਬਹੁਤੇ ਪੈਸੇ ਮੈਨੂੰ ਇਸ ਪ੍ਰੋਗਰਾਮ ਤੋਂ ਹੋਏ ਆ ਚਲੋ ਆ ਚਿੱਟੀ ਚਾਦਰ ਜਿਹੜੀ ਆ ਉਹ ਪੈਸੇ ਹੱਥਾਂ 'ਚ ਨਹੀਂ ਫੜਾਉਂਦੇ ਆ ਚਾਦਰ ਭਰਨੀ ਆ ਨੋਟਾਂ ਨਾਲ ਇਹ ਚਿੱਟੀ ਚਾਦਰ ਦੇ ਬੜੇ ਫੰਕਸ਼ਨ ਆ ਕੀ ਇਹ ਤੇਰੇ ਪੈਸੇ ਲਪੇਟਣ 'ਚ ਨਹੀਂ ਆਉਂਦੀ ਹਾਂ अपने तो कर लेना शफीक आ जा सर्वर को जा कारपोरेशन वाले को आ कढ़ा ला 71 दे देना पैसे आके नाल फ्रिज के फ्रिज भी लाया हाँ फ्रिज लाया उन्होंने कह भी आ 2 चीज़ा दे दे ठीक है कि नहीं तो अपनी माँ ने पूछ ली कोई चीज़ घट दी हो घर की उन्होंने कहना सवेरे पहले टाइम आने पैसे दे देवगा शुक्र है मेरे हाँ ये तो अलावा भी जमा किए पैसे और कशम वाले की किश्त भी दे देंगे चलो 3 चीजा ले आओ अस्सलाम वालेकुम खान साहिब बिस्मिल्लाह बिस्मिल्लाह जी बिस्मिल्लाह 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 जी भाजी तन पाक जी आए नु जी साडे तन पाक जी ਤੁਸੀਂ ਆਏ ਜਨਾਬ ਮੈਂ ਸੁਨੇਹਾ ਭੇਜਿਆ ਮੁੰਡਿਆਂ ਦੇ ਹੱਥ ਜੀ 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 ਕਿ ਸਾਡੇ ਘਰ ਦੇ ਵਿੱਚ ਵੀ ਕੋਈ ਏਡਾ ਵੱਡਾ ਸਿੰਗਰ ਆਏਗਾ ਮਤਲਬ ਮੈਂ ਤਾਂ ਕਦੀ ਸੋਚਿਆ ਨਹੀਂ ਤੁਹਾਡਾ ਪਿਆਰ ਹੈ ਮੁਹੱਬਤ ਹੈ ਸਰ ਮਾਲਕ ਦਾ ਕਰਮ ਹੈ ਤੁਸੀਂ ਆ ਗਏ ਵਗਰਨਾ ਇਹ ਚੋਰੀ ਆਸ਼ਿਕ ਸੂਰੀਆ ਜਿਹੜਾ ਕਦੀ ਇਹਨੇ ਗਰੂਰ ਨਹੀਂ ਜੀ 8 ਸੂਰੀਆ ਤੁਹਾਡਾ ਬੜਾ ਨਾਂ ਜੀ ਹਾਂ ਜੀ 8 ਸੂਰੀਆ ਜਿੱਥੋਂ ਮਰਜ਼ੀ ਪੁੱਛ ਲਓ ਜੀ ਇੱਕ ਕਿਤਾਬ ਮਿਲਿਆ ਜੀ ਕਿਤਾਬ ਜੀ ਖਿਤਾਬ ਮਿਲਿਆ 8 ਸੂਰੀਆ 8 ਸੂਰੀਆ 8 ਸੂਰਾ ਤੋਂ ਸ਼ੁਰੂ ਹੋਏ ਆ ਮਾਸ਼ਾਅੱਲਾ ਤੇ ਮੇਰੇ ਯਾਰ ਦੋਸਤ ਨੇ ਉਹਨਾਂ ਨੇ ਕਿਹਾ ਜੀ ਕਿ ਅੱਜ ਆਪਣੀ ਮਰਜ਼ੀ ਦੇ ਕੁਝ ਸੁਣਨੇ ਨੇ ਗਾਣੇ ਉਹਨਾਂ ਨੇ ਫਰਮੈਸ਼ਾਂ ਕਰਨੇ ਲੈ ਜੀ ਨਹੀਂ ਕਹੋ ਤੇ ਉਹ ਫਰਮੈਸ਼ਾਂ ਤੁਸੀਂ ਪੂਰੀਆਂ ਕਰਨੀਆਂ ਜੀ ਮਿਹਰਬਾਨੀ ਤੇ ਰੁਪਏ ਪੈਸੇ ਦੀ ਤੁਸੀਂ ਬਿਲਕੁਲ ਫਿਕਰ ਨਹੀਂ ਕਰਨੀ ਅੱਛਾ ਜਿੰਨੇ ਤੁਸੀਂ ਸੋਚੇ ਨੇ ਨਾ ਆਲਾ ਲੋਕ ਤੁਸੀਂ ਮੁਹੱਬਤ ਤੁਹਾਡੀ ਜੀ ਲੋਕ ਚੀਜ਼ਾਂ ਤਿੰਨ ਕੇ ਬੱਚੇ ਨੇ ਕਢਵਾਈਆਂ ਹਾਂਜੀ ਪਰ ਉਹ ਜਿੰਨਾ ਲੰਗਰ ਪਾਣੀ ਹੋ ਜਾਵੇ ਬੜਾ ਚਲੋ ਦੱਸ ਦਿੰਦੇ ਹਾਂ ਖਾਨ ਸਾਹਿਬ ਦਾ ਕੀ ਕਹਿਣੇ 1961 ਤੋਂ ਲੈ ਕੇ ਜੀ 2028 ਤੱਕ ਦੇ ਗਾਣੇ ਇਹਨਾਂ ਨੂੰ ਯਾਦ 1876 ਤੋਂ ਲੈ ਕੇ ਨਾ ਜੀ 2023 ਤੱਕ ਸਾਡੇ ਵੱਡੇ ਛੋਟੇ ਦਰਮਿਆਨ ਵਾਲੇ ਸਾਰੇ ਗਜ਼ਲ ਗੀਤ ਹੀ ਸੁਣਦੇ ਆਏ ਤੇ ਕਦੀ ਕਿਸੇ ਨੇ ਨਾ ਭੱਜੇ ਪੈਸੇ ਨਹੀਂ ਸੁੱਟੇ ਸਾਡੇ ਖਾਨਦਾਨ ਦੇ ਵਿੱਚ 1000 ਦਾ ਨੋਟ ਸੁੱਟਣਾ ਜਿਹੜਾ ਨਾ ਉਹ ਫਾਊਲ ਸਮਝਿਆ ਜਾਂਦਾ ਸਾਡੇ ਦਾਦਾ ਜੀ ਜਿਹੜੇ ਸਨ ਨਾ ਜਦੋਂ ਬੈਂਕ ਨਹੀਂ ਸੀ ਹੁੰਦੇ ਉਦੋਂ ਚੈੱਕ ਸੁੱਟਦੇ ਹੁੰਦੇ ਸਨ ਤੁਹਾਡੇ ਸਿਆਣੇ ਕੋਈ ਨਾਰਮਲ ਗਾਉਣ ਵਾਲੇ ਨੂੰ ਗਾਲ ਤਾਂ ਨਹੀਂ ਕੱਢਦੇ ਸੀ ਨਹੀਂ ਭਾਜੀ ਨਾ ਮਤਲਬ ਹੁੰਦਾ ਕੋਈ ਬੰਦਾ ਸੁਰ ਬਾਣਾ ਮੋਟਾ ਕੋਈ ਨਾ 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 ਗਲਤੀ ਹੋ ਜਾਂਦੀ ਕੋਈ ਐਸੀ ਮੇਰੇ ਦਾਦਾ ਜੀ ਨੇ ਗਾਣਾ ਸੁਣਿਆ ਉਸਤਾਦ ਸਰਾਜ ਖਾਨ ਦਾ ਤੇ ਉਹਨਾਂ ਨੇ ਗਾਣਾ ਗਾਇਆ ਤੇ ਉਹਨਾਂ ਨੇ ਉਹਨਾਂ ਕੋਲ ਬਾਜਾ ਲੈ ਲਿਆ ਉਹਨਾਂ ਬਾਜਾ ਲੈ ਕੇ ਹਾਂਜੀ ਬਾਜਾ ਲੈ ਕੇ ਸਿਆਣਿਆਂ ਨੇ ਉਹਨਾਂ ਕੋਲ ਬਾਜਾ ਲੈ ਕੇ ਉਹਨਾਂ ਨੇ ਕਿਹਾ ਇੱਥੇ ਰੱਖ ਦਿਓ ਅੱਧਾ ਵਾਲੀ ਜਗ੍ਹਾ 'ਤੇ ਰੱਖ ਲਿਆ ਘੋੜਾ ਦਿੱਤਾ ਉਹਨਾਂ ਨੂੰ ਘੋੜਾ ਦੇ ਕੇ ਦਾਦਾ ਜੀ ਨੇ ਕਿਹਾ ਤੁਸੀਂ ਘੋੜਾ ਦੌੜਾਓ ਜਿੰਨੀ ਜ਼ਮੀਨ 'ਤੇ ਘੋੜਾ ਦੌੜ ਕੇ ਹੈਗਾ ਨਾ ਉਨੀ ਵੜ ਲਓ ਉਹ ਸਾਰੀ ਜ਼ਮੀਨ ਉਹਨਾਂ ਨੂੰ ਦੇ ਦਿੱਤੀ ਘੋੜਾ ਹੈਗਾ ਹੁਣ ਕੋਲ ਨਹੀਂ ਦੇਖੋ ਹੁਣ ਤਾਂ ਪਸਤੌਲ ਦਾ ਹੈ ਪਸਤੌਲ ਦਾ ਘੋੜਾ ਹੈਗਾ ਹੁਣ ਨਹੀਂ ਨਹੀਂ ਉਹ ਨਹੀਂ ਜਿਹੜਾ ਘੋੜਾ ਜ਼ਮੀਨ ਦਿੰਦਾ ਵਾ ਇੱਦਾਂ ਫਿਰ ਨਹੀਂ ਉਹ ਹੁਣ ਸੜਕਾਂ 'ਤੇ ਦੌੜ ਨਹੀਂ ਨਾ ਸਕਦਾ ਅਸਲਾਮ ਅਲੈਕਮ ਓ ਕੈਸਰ ਕੈਸਰ ਉਸਤਾਦ ਦੇ ਮੋਹਤਰਮ ਬਿਸਮਿਲਲਾ ਜੀ ਬਿਸਮਿਲਲਾ ਖੈਰ ਹੋਵੇ ਘਟ ਸੁਰੀਆ ਖੈਰ ਹੋਵੇ ਖੈਰ ਹੋਵੇ ਜ਼ਿੰਦਗੀ ਦੇ ਵਿੱਚ ਕੋਈ ਖਵਾਇਸ਼ ਸੀ ਵਿੱਕੀ ਬਾਈ ਅੱਜ ਤੁਸੀਂ ਪੂਰੀ ਕੀਤੀ ਹੈ ਮੈਂ ਉਸ ਗੱਡੀ ਦੇ ਸਦਕੇ ਜਾਵਾਂ ਜਿੱਥੇ ਤੁਸੀਂ ਆਏ ਮਾਲਕ ਉਸ ਸੀਟ ਨੂੰ ਚਿਮਾਂ ਜਿੱਥੇ ਤੁਸੀਂ ਬੈਠੇ ਜੇ ਸਰਕਾਰ ਕੀ ਬਾਤ ਤੋਂ ਤੁਹਾਡੇ 8 ਸੁਰਾਂ ਦਾ ਦੀਵਾਨਾ ਤੁਹਾਡਾ ਫੈਨ ਨੰਬਰ 1 ਕੈਸਰ ਪਿਆ ਖੈਰ ਮੈਂ ਵਿੱਕੀ ਬਾਈ ਤੁਸੀਂ ਅੱਜ ਮੇਰੇ ਤੇ ਉਹ ਸਾਹਮ ਕੀਤਾ ਮੈਂ ਰੋ ਰੋ ਕੇ ਮੈਂ ਕਿੰਨੂੰ ਨਹੀਂ ਸੁਣਿਆ ਸਾਡੇ ਖਾਨ ਹਾਏ ਹਾਏ ਲੇਕਿਨ ਮੈਂ ਇੱਥੋਂ ਹੀ ਚੁੱਪਣਾ ਅਸਲਾਮ ਵਾਲੇਕੁਮ
छाते खलो के चार चन लाने खान साहब ने दुनिया सारे ना सुने ने 700 रुपए ने वाजे 800 वाजे ही टप गया भाई मैं इना की दीवाना मेरा खानदान इना ते सदके मैं वार दे सब कुछ अपनी फूफियां ताइयां इना ते वार दे ना 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 सियाने समाज दा फिर भी किते काम आंदे आ ठीक है बेटा अदब करदा तू मैनूं पता मैं लाहौरो सादकाबाद तो मुल्तान मुल्तानो डचकोट चनेओट फैसलाबाद जिथे भी गया मैं सिर्फ खान साहब नूं सुनया खान साहब नूं कौन नहीं सुनदा तुसीं जिहड़ी मर्जी फ्लाइट च बह जाओ बस च तुसी बैठो खान साहब का गाना कोच च बैठो खान साहब का गाना जहाज च बैठो खान साहब का गाना गल पता की है इन्नी इज्जत मैनू अल्लाह ने देती है कि मैनू ना गाना ही नहीं पे मैनू अगो राह नहीं लभदा मैं किधर नूं जावां लेकिन कोई गाना सुनाओ मैंने रोका भी नहीं और वो ठहरा भी नहीं मैंने रोका भी नहीं और मेरे ताया जी जेड़े ना वो अपना सोराब साइकिल दी कंपनी च मुलाजम सन उन्होंने पहली बारी रेडियो लिया उन्होंने गली चो लंघना रेडियो रखे होना रोका भी नहीं और वो ठहरा भी नहीं कहना यार वेखो जरा शकूरा जेड़ा ने अपनी मौजा ने साइकिल ते जा रहा ते चल रहा मैंने रोका भी नहीं और वो ठहरा भी नहीं साइकिल जा रहा सुराब सुराब हो गई उस जमाने पूरी दुनिया तो लेकिन गुलाम बाद साहब वड्डी दुनिया क्या बात है जो मैंने रोका नहीं याद है सिंगर आए ने उन्होंने सुर लाया हाथ इंज के नाल ही करंट लग गया मैंने रोका भी नहीं और वो ठहरा भी नहीं मैं कहना कि जरा अपना गाना ऐसा सुनिए ते जेदा ना मजा आ जाए खान साहब को खान साहब उस आ जाए दिल दियां लगियां मामे को लाल रंग की शरारत सी शरारत मामे ने टेप लाई सी सुनता जाता हुंदा सी शीशे ला लेने गली उची आवाज कर लेना दिल दिया लगिया जानना मेरा प्यार पहचानना कमला नी मेरा ढोलन माही कमला नी मेरा ढोलन माही लोगों ने खलो खलो के वेखना के मामा
गाने सुनता जा रहा है लोगों के घरों से शिकायतें आ रही हैं वो तो मामा मेरा भी वो तो जवानी ही पाल जवानी याद है मतलब बोस्की पाई होनी मामे ने एक गाना जरा हम तो मैं सुना आ तुम हम देखना गाना उन्हें भी किया है गाना मैं भी कहना है हाँ चल भी जरा शुरू हो कोई होर सुनाओ अपनी मर्जी का सुनाओ घबराओ इस गाने ना मेरे चाचे दी याद जुड़ी अच्छा जी वेड़े च गाना ला के मजे ना सराना रख के मंजी ते सुते ने ओदो भी गाना तेरी एक दा सराना होवे नहीं ओदो मैनू पता नहीं ओदो सिर थले हुंदा मुंडे ने आके मेरे चाचे दे पुत्तर ने कहा अम्मी फौत हो गई लेकिन गाना उस वेले देखो मैच की होया फिर मैं तेनु याद आवांगी यार हुण तुसी रोण दे हो ते गाना किद्दां सही लगेगा लेकिन मैं सुना दिंदा इही फिर मैं तेनु याद आवां चाची मेरी मेनू याद आ जाएगी रोना ना पाओ यार पता की है खुशी का दिन है रोना ना पाओ तुसी ओ सुनाओ शवीक किश्ताली दुकान ते ना जाइए जे आ थोड़ी देर बाद फोन करदा तुसी ओ सुनाओ जी मैं जे संसार दा तबाही मच है लो मैं जी साहब दा तुहानू गाना सुनाण लगे जी सुन लो केड़ा सुनना पहले सुन लो ओ केड़ा जी पुछो केड़ा शाम जई सुर मिली सुरख जी ओ विक्की भाई फजर दिन में मिलो तू मिल पैते मिल पैंदे ने कुकड़ा इक ते वेले दो शवीक ओथे पहुंच के मेरी गल करो आ जाके किश्ता आलिया नाल आ जरा मेरे फोन का इंतजार करी आ मेनू तुसी किते मैयत कौन है लैदान खत्म हो जाए यार तू गाने नहीं देन दे मेरी फूफो
सख्त लोग मैं खाने चुक लिया अगे बंद कर बंद कर तू मेरा भी गुरदा ता चढ़ाया मिनट के बाद देखना भला सोरे जे खान साहब अपनी ईमानदारी ने दसो एक मिनट का करो अपनी ईमानदारी ने दसो ते शान शान है उतले पर्दे करने मेनू केड़े काम लई बुलाया इत्थे मैं कदों गाउणा है सब तुहाडे आसे बैठे सी ओ सारा तुसी आप गाई जांदे असीं आप तो कख तुहाडे काले पीले इन्ने सुरीले मैं तां हैरान होया आस्ता बोलो दिल वाली वाड़ जा तू ਮੇਰੀ ਜਦੋਂ ਗੱਲ ਹੋਈ ਨਾ ਪਤਾ ਨਹੀਂ ਤੁਹਾਨੂੰ ਘਰ ਦੇ ਗੁਬਾਕੇ ਯਾਦ ਆ ਜਾਂਦੇ ਇਹਨਾਂ ਨੇ ਪੈਸੇ ਦੇਣੇ ਪਹਿਲੇ ਹੀ ਲੜਨ ਲੱਗ ਪਏ ਆ ਲੈ ਉੱਠ ਗਈ ਆ ਹੁਣ ਕਿ ਭਾਈ ਆ ਲੈ ਲੱਖ ਹੈ ਉਹ ਜਾਲਾ ਲਗਾ ਜੋ ਬੜੇ ਮੂਵੀ ਤੇਰੇ ਡਰਾਉਣ ਦੇ ਪੈਸੇ ਵਾਲਾ ਗਾਣਾ ਤੁਸੀਂ ਕੋ ਸੁਣਾ ਨਹੀਂ ਦੇ ਤੂੰ ਜੋ ਮੇਰੇ ਹਮੇਸ਼ਾ ਕੋਲ ਨਵੇਂ ਤੇ ਮੈਂ ਦੁਨੀਆ ਨੂੰ कुत्ते आ गए तेनू आ दे देना तेनू घोड़ा दे देना तेनू गां दे देनी है तेनू ता दे देनी है तेनू गां दे देनी है तेनू रक्षे का किराया दो भाई अन्नी दे है 82 गाने उन्होंने सुनाते है मेनू चादर बिठाई है बुलाई सिंगर बुलाया बाजी चुप कर कि तू हाथ चुम रहा सियाण का नहीं इना चुमिया जिना मेरा चुमी जाना तू खान साहब देखो नहीं छद मेरी मई तो सीढ़े तू मैं आप गाने सारे मंगने वाले पिंड मेनू एवं चादर दे के बिठाया चलो सुना दो अपना मजाजम का सुना दो मेन मजाजे का भी नहीं आता नक विच सोहनी नथली पाई लै मेरे दिल के शीशे विच पई सजी जिहदी खुशी जिहदे वास्ते सारा बंदोबस्त किया बुलाओ शगन वाले सेहरिया गाने वाले बुलाओ जिहदे सामने गाना गाउणा आप ही फुटे मूह सुनाई जांदे आ मैं जेल लैके आया मैनूं मेरा दिल लाउंदे सारे रल के तुसी खान साहब गल ते सुन लो तुसी ते गल की सुना यार तेनू 20 गाने याद आ ओनू याद आ वे कैसा ओदा अताई जिया मुंह आ ओनू किन्ने याद आ सब आस्ता बोलो लोकी समझणगे रिच पागल हो गया लै पागल होया हुंदा ओदा बेटा साइड ते
ਉਹ ਤੈਨੂੰ ਕਹਿੰਦਾ ਗੱਲ ਸੁਣ ਲਓ, ਗੱਲ ਪਤਾ ਕੀ ਹੈ, ਤੁਸੀਂ ਉਹ ਬੰਦਾ ਲਿਆਓ ਸਾਨੂੰ ਦੱਸੋ ਕਿੱਥੇ ਗਾਣਾ ਆ, ਅਸੀਂ ਜਾ ਕੇ ਉੱਥੇ ਜਾ ਕੇ ਗਾਈਏ। ਮਿਊਜ਼ੀਸ਼ੀਅਨ ਮੇਰੇ ਨਾਲ ਆਏ ਆ, ਬਾਜੀ ਵਾਲੇ ਨੂੰ ਪੈਸੇ ਦੇਣੇ, ਮੁੰਡਿਆਂ ਨੂੰ ਪੈਸੇ ਦੇਣੇ ਮੈਂ। ਮੁਰਸ਼ਦ ਗੱਲ ਪਤਾ ਕੀ ਹੈ, ਅਸੀਂ ਜਦੋਂ ਤੁਹਾਨੂੰ ਵਜ੍ਹਾ ਦੱਸਣੀ ਹੈ ਨਾ, ਤੁਸੀਂ ਆਪ ਕਹਿ ਦੇਣਾ ਵੀ ਰਲਦੀ ਮਿਲਦੀ ਗੱਲ ਕਰਦੇ ਤੁਸੀਂ, ਅਸੀਂ ਇੱਕ ਵੀ ਲਿੰਕ ਤੋਂ ਬਾਹਰ ਦੀ ਗੱਲ ਕੀਤੀ ਹੋਵੇਗੀ ਨਾ, ਸਾਡੇ ਮੂੰਹ ਤੇ ਥੋਕੇ ਚਲੇ ਜਾਣਾ ਤੁਸੀਂ। ਨਹੀਂ ਤਾਂ ਤੁਸੀਂ ਲਿਆਓ ਨਾ ਮੁੰਡਾ ਤੇ ਲਿਆਓ, ਅਸੀਂ ਸਾਰੇ ਬੋਲਦੇ ਪਏ ਨਾ, ਇਹ ਤਾਂ ਫੰਕਸ਼ਨ ਨਾਲ ਤਲਕ ਹੈ ਇਸ ਗੱਲ ਦਾ। ਕੀ ਤਲਕ? ਫੰਕਸ਼ਨ ਨਾਲ ਤਲਕ ਨਾ ਨਿਕਲੇਗਾ ਨਾ, ਤੂੰ ਫਿਰ ਗੱਲ ਕਰੀ ਕੀ ਤਲਕ ਕੀ ਹੈ? ਤਲਕ ਹੈ ਕਿ ਦੇਖੋ 23-24 ਸਾਲ ਬਾਅਦ ਨਾ ਸਾਡੇ ਖਾਨਦਾਨ 'ਚ ਪਹਿਲੀ ਵਾਰੀ ਅਸੀਂ ਕੁੱਤਾ ਲਿਆ, ਕਿਸੇ ਨੇ ਕੁੱਤਾ ਨਹੀਂ ਲਿਆ, ਉਹਦੀ ਖੁਸ਼ੀ 'ਚ ਫੰਕਸ਼ਨ ਰੱਖਿਆ, ਤਦ ਸਾਰੇ ਭੌਂਕਣ ਡਏ ਸੀ। ਔਰ ਵਾਸਤੇ ਰੱਖਿਆ? ਹਾਂ, ਆ ਚਿੱਟੀਆਂ ਚਾਦਰਾਂ ਵਿਛਾਈਆਂ, ਚਿੱਟੀਆਂ ਚਾਦਰਾਂ ਵਿਛਾਈਆਂ ਕੁੱਤੇ ਵਾਸਤੇ। ਹਾਂ, ਚਿੱਟਾ ਕੁੱਤਾ ਨਾ ਛੋਟੇ ਮੂਵੀ ਤੁਹਾਡੇ ਫੰਕਸ਼ਨ 'ਤੇ, ਮੈਂ ਵੀ ਕਹਿਣਾ ਤੁਹਾਡੇ ਨੈਣ ਨਾਲ ਛਿੰਜ ਹੋਏ ਜਿਵੇਂ ਤੁਸੀਂ ਮੈਨੂੰ ਪੈ ਜਾਣਾ। ਬੜਾ ਮਹਿੰਗਾ ਕੁੱਤਾ ਹੈ, 2.5 ਲੱਖ ਦਾ ਤੇ ਕੁੱਤਾ ਲਿਆਂਦਾ, 2.5 ਲੱਖ ਦਾ ਕੁੱਤਾ ਲਿਆਂਦਾ, ਇੱਥੇ 150 ਨਹੀਂ ਸਿੱਟਿਆ ਤੂੰ, ਇੱਥੇ ਤੈਨੂੰ ਛੁਰੀ ਪੈ ਗਈ ਹੈ, ਇੱਥੇ ਤੂੰ ਰੁਪਈਆ ਨਹੀਂ ਸਿੱਟਿਆ, ਚੁੰਮੀ ਜਾਂਦਾ ਬਾਬਾ ਜੀ, ਇੱਥੇ ਪੈਸੇ ਸਿੱਟ, 250 ਦਾ ਕੁੱਤਾ ਲੈ ਕੇ ਆ ਗਿਆ। ਲੇਕਿਨ ਚੋ ਸਾਹਿਬ ਐਸਾ ਕੁੱਤਾ ਹੈ, ਉਹ ਨਾਲ ਸੌਂਦਾ ਜਾ ਕੇ ਕੁੱਤੇ ਦੇ, ਤੁਸੀਂ ਬਹੁਤਾ ਪਿਆਰਾ ਹੈ ਕੁੱਤਾ। ਇੱਕ ਗਾਣਾ ਸੁਣਾਉਣਾ ਚੋ ਸਾਹਿਬ ਉਹਨੂੰ, ਮੈਂ ਕੱਖ ਵੀ ਨਹੀਂ ਸੁਣਾਉਣਾ, ਅਸੀਂ ਤੁਹਾਨੂੰ 14 ਟੀਕੇ ਧੁੰਨੀ 'ਚ ਲਵਾਉਣੇ ਖੁਸ਼ੀ 'ਚ। ਹੁਣ ਜੇ ਚੁੰਮੀਆਂ ਲੈ ਤੈਨੂੰ ਪਵੇ ਉਹ ਕੁੱਤਾ, ਤੈਨੂੰ ਬਿਮਾਰੀ ਪਵੇ, ਤੂੰ ਮੈਨੂੰ ਕਹਦੇ 14 ਟੀਕੇ ਲੱਗਣ, ਇਹਦਾ ਤੁਸੀਂ ਮੇਰਾ ਕੁੱਤੇ ਦੇ ਹਾਲ ਕੀਤਾ ਆ, ਉਹ ਕੱਲ੍ਹ ਤੂੰ ਕੋਈ ਘੋੜਾ ਦੇ ਰਿਹਾ, ਤੁਸੀਂ ਤਾਂ ਮੈਨੂੰ ਮਿਧ ਦਿਓ, ਤੁਹਾਨੂੰ ਮੱਝ ਦੇ ਦਿਓ, ਤੁਸੀਂ ਮੇਰਾ ਬੇੜਾ ਗਰਕ ਕਰ ਦਿਓ, ਹੈ ਇਹ ਤਾਂ ਕੁੱਤੇ ਵਾਲੀ ਮੇਰਾ ਇਹ ਹਾਲ ਕੀਤਾ ਆ। ਯਕੀਨ ਕਰ ਲਓ ਧੜ ਤੋਂ ਚਿੱਟਾ ਰੰਗ ਜੇ ਉਹਦਾ, ਤੁਸੀਂ ਨਾ ਜ਼ੇਹਨ 'ਚੋਂ ਕੁੱਤਾ ਕੱਢ ਕੇ ਗਾਓ, ਤੁਸੀਂ ਸਮਝੋ ਕਿ ਸਾਡੇ ਆਸੇ ਗਾਣਾ, ਤੁਸੀਂ ਕੁੱਤਾ ਜ਼ੇਹਨ ਕੱਢੋ ਨਾ, ਬਕਵਾਸ ਬੰਦ ਕਰ ਰਿਹਾ ਆਪਣੀ, ਮਜ਼ਾਕ ਬੜਾ ਹੋ ਗਿਆ, ਬੜਾ ਪੈਸਾ ਹੋਣਾ, ਆਓ ਆਪਣੀ ਜਗ੍ਹਾ ਤੇ, ਸੀਰੀਅਸ ਹੋ, ਪੈਸਾ ਹੋਣਾ ਹੈ, ਉਹ ਗਾਣਾ ਸੁਣਾਈ ਜਾਂਦਾ ਹੈ, ਉਹ ਛੱਡਦਾ ਉਹ ਸੁਣਾਈ ਜਾਂਦਾ ਹੈ, ਉਹ ਆਪ ਹੀ ਰੇਸ਼ਮਾ ਦੇ ਨਿਆਣੇ ਬੜੇ ਆ, ਮੈਂ ਤਾਂ ਹੈਰਾਨ ਹਾਂ ਯਾਰ, ਇਹਨਾਂ ਦੇ ਵਿੱਚ ਗਾਣਾ ਬਣਿਆ ਆ, ਸਾਨੂੰ ਇੰਨੇ ਗਾਣੇ ਯਾਦ ਨਹੀਂ ਜਿੰਨੇ ਇਹਨਾਂ ਨੂੰ ਯਾਦ ਆ। ਮੈਨੂੰ ਉਹਨਾਂ ਨੇ ਦਿੱਤੀ ਸੀ, ਉਹ ਤੈਨੂੰ 2 ਘੜੀ ਦੀ ਘੜੀ ਆਉਣੀ ਆ, ਅਸੀਂ ਤਾਂ ਸੋਚਿਆ ਖਾਨ ਸਾਹਿਬ ਤੁਹਾਨੂੰ ਓਡੀ ਦੇਣੀ ਅਸੀਂ, ਓਡੀ ਕਹਿੰਦਾ ਸਾਨੂੰ ਏਡੀ ਨਜ਼ਰ ਨਹੀਂ ਆਉਣ ਡਈ, ਉਹ ਤੂੰ ਤੁਹਾਨੂੰ ਮਕਾਨ ਲੈ ਕੇ ਦੇਣ ਲੋ, ਉਹ ਮਕਾਨ ਕਾਹਦੇ ਲੈ ਕੇ ਦੇਣਾ, ਪ੍ਰਵੇਦ ਲਾਈ ਆ ਉਹ ਮਕਾਨ ਮੈਨੂੰ ਲੈ ਕੇ ਦੇਣਾ। ਚਲੋ ਖਾਨ ਸਾਹਿਬ ਗੁੱਸਾ, ਆਜੋ 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 ਬਿਸਮਿਲ੍ਲਾ, ਹੁਣ ਪੈਸੇ ਛੁੱਟਣ ਵਾਲੀ ਗੱਲ ਨਹੀਂ, ਤੁਸੀਂ ਭਾਈ ਮਜ਼ਾਕ ਬਹੁਤ ਕਰਦੇ ਆ, ਆਜੋ ਖਾਨ ਸਾਹਿਬ ਆਜੋ ਥੱਲੇ, ਹੈ ਮਿੰਟ ਕੁ ਬਾਅਦ ਜੇਬ 'ਚ ਪਾ ਲੈਂਦਾ, ਕਿਹੜੇ ਪੰਪ ਤੇ ਹੁੰਦਾ ਤੂੰ ਮੈਨੂੰ ਦੱਸ ਦੇ, ਹੈ ਦਿੰਦਾ ਕਿਉਂ ਨਹੀਂ ਪੈਸੇ, ਥੱਲੇ ਆਓਗੇ ਕੁਛ ਸੁਣਾਓਗੇ ਤੇ ਸੁਣਾਓਗੇ, ਇੱਕ ਸੁਰ ਨਹੀਂ ਲਾਇਆ ਤੁਸੀਂ ਵਾਜੇ ਤੇ, ਤੁਸੀਂ ਉਂਗਲਾਂ ਨਹੀਂ ਰੱਖੀਆਂ, ਤੁਸੀਂ ਆਪ ਹੀ ਇੰਨਾ ਕੁਝ ਸੁਣਾਈ ਜਾਂਦੇ। ਕਾਲ ਆਵੀ ਜਰਾ ਕਰੋ, ਲੇਟ ਬੜੇ ਹੋ ਗਏ। ਹਾਂਜੀ ਹਾਂਜੀ, ਬੈਠੇ ਨੇ ਜਨਾਬ, ਹਾਂਜੀ ਚੌਧਰੀ ਆਸ਼ਕ 8 ਸੂਰੀਆ ਸਾਹਿਬ, ਮੈਂ ਤੈਨੂੰ ਗੇਟ 'ਤੇ ਲੈਣ ਆ ਰਿਹਾ, ਬਸ ਪੈਸੇ ਲੈ ਕੇ ਅੰਦਰ ਆ ਮੇਰਾ ਪੁੱਤਰ, ਇਹ ਤਾਂ ਮੈਂ ਨਹੀਂ ਜੇ ਦੇਣੀ, ਇਹ ਤਾਂ ਗਿਫਟ ਹੋ ਗਿਆ ਤੁਹਾਡੇ ਨਾਲ, ਲੈ ਮੈਂ ਆਇਆ ਮੇਰੀ ਜਾਨ, ਆਇਆ ਆਇਆ, ਜਲਦੀ ਆ ਜਾਓ ਯਾਰ, ਫਿਰ ਸ਼ੁਰੂ ਕਰਨਾ, ਛੱਤ ਤੇ ਕਿਉਂ ਚੜ੍ਹਨ ਦਿੱਤਾ ਸੀ, ਮੈਂ ਆਇਆ ਤੁਸੀਂ ਹਾਂਜੀ ਨਾ, ਹਾਂਜੀ ਮੈਂ ਬਸ ਵਾਜੇ ਤੇ, ਤੁਸੀਂ ਇੰਝ ਕਰੋ ਪੈਸੇ ਤੁਸੀਂ ਦੇ ਦਿਓ ਜਿਹੜੇ ਦੇਣੇ, ਖਾਨ ਸਾਹਿਬ ਛੋਟਾ ਹੁੰਦਾ ਤੁਹਾਨੂੰ ਤਾਇਆ ਛੱਤ ਡੇ ਕੇ, ਤੁਸੀਂ ਦੋ ਬੋਲ ਸੁਣਨੇ ਹੋ ਸੁਣੋ, ਹਾਂਜੀ ਕਿਆ ਕਹਿੰਦੇ, ਕਿੱਥੇ ਗਏ ਘੋੜੇ ਦੇਣ ਵਾਲੇ, ਮਕਾਨ ਵੰਡਦੇ ਗੱਡੀਆਂ ਵੰਡਦੇ ਕਿੱਥੇ ਗਏ ਆ, ਪਤਾ ਨਹੀਂ ਮੈਂ ਦੇਖਿਆ ਸੀ ਉਹਨਾਂ ਨੂੰ ਸਹੀ, ਹੈ ਆ ਫੋਨ ਕਿਹਦਾ ਆ ਰਿਹਾ, ਹਾਂ ਤੂੰ ਕਿਸ਼ਤਾਂ ਦੇ ਜੋ ਚੀਜ਼ਾਂ ਦਿੱਤੀਆਂ ਉਹਨਾਂ ਨੂੰ, ਉਹ ਮਰਨ ਦੇ ਵਾਪਸ ਲਿਆ, ਉਹ ਤੋਂ ਗੱਤੇ ਗੁੱਤੇ ਨਾਲ ਲਾ ਦੇਣ, ਉਹ ਨਵਾਂ ਨਾ ਪੁਆੜਾ ਪਾ, ਹਾਂ ਇੱਥੇ ਛੁਰੀ ਲਬਲਾ ਫਿਰ ਗਈ ਉਹਨਾਂ ਨੂੰ, ਹੁੰਦਿਆਂ ਹੀ ਫਿਰ ਗਿਆ ਇੱਥੇ ਤਾਂ, ਜਿੱਥੇ ਮੈਂ ਗਾਉਣ ਆਇਆ, ਇੱਕ ਤਾਂ ਤਾਇਆ ਬਹੁਤ ਹੋ ਗਿਆ, ਇੱਕ ਬਾਹਰ ਲੈਣ ਗਿਆ ਪੈਸੇ ਨਹੀਂ ਆਇਆ, ਹਾਂ ਉਹ ਜਿਹੜਾ ਜਿਹੜਾ ਚਿੱਟੇ ਕੱਪੜੇ ਵਾਲਾ ਉਹ ਵੀ ਚਲਾ ਗਿਆ ਜੀ ਭਾਈ,
चलो खालसा बाहर निकलो मैं दरवाजा लाना चलो किश्ता चीजा मुड़िया सुन लिया उन्हें चले गए सारे सारे चले गए बहुत हो गया की ड्रामा लाया तुम उठो चलो उठो चले चले बोड़िया किश्ता चीजा चले भाजी चलो उठो चलो पीली शर्ट ले उठ आ जा घर जाके बखरा कर दे तेरे पैसे आ जाओ तुम हिस्सा कर दे आ जाओ।